मैक्सिमम सिक्योरिटी जेल नाभा ते हुए वड्डे अतवादी हमले अते खालिस्तान लिबरेशन फोर्स दे चीफ हरविंदर सिंह मिंटू ते गैंगस्टर विकी गोंडर सने 6 दे फरार होने की सूचना मिलने तो बाद बुखलाहट विच आई पटियाला पुलिस ने एक कार नू अतवादियों की कार समझ के उसते अन्नेवा गोलियां दी बौछार कर दिती। पुलिस फायरिंग कारण कार विच बैठी एक लड़की दी मौके ते ही मौत हो गई, जबकि कार विच बैठे दो होर व्यक्ति गोलियां लगन नाल गंभीर रूप विच जख्मी हो गए। छोड़ी जा रहे सीगे, गड्डी ते रुकने लगे सीगे कि इन्होंने गोली चलानी शुरू कर दी। एक रात्ती भी इन्नी सारी गोली चलाई रे इन्होंने वाले। ਭਾਵੇਂ ਕਿ ਇਸ ਸੰਬੰਧੀ ਪਟਿਆਲਾ ਪੁਲਿਸ ਦਾ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਆਪਣਾ ਮੂੰਹ ਖੋਲਣ ਲਈ ਤਿਆਰ ਨਹੀਂ ਹੋਇਆ, ਪਰ ਭਰੋਸੇਯੋਗ ਪੁਲਿਸ ਸੂਤਰਾਂ ਅਨੁਸਾਰ ਨਾਭਾ ਜੇਲ੍ਹ ਬ੍ਰੇਕ ਦੇ ਤੁਰੰਤ ਬਾਅਦ ਹੀ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਰਾਜਸਥਾਨ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਖੁਫੀਆ ਅਤੇ ਸੁਰੱਖਿਆ ਤੰਤਰ ਨੂੰ ਚੌਕਸ ਕਰ ਦਿੱਤਾ ਗਿਆ ਸੀ। ਅੱਤਵਾਦੀ ਹਮਲੇ ਕਾਰਨ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਨਾਲ ਬੁਖਲਾਹਟ ਵਿੱਚ ਸੀ ਅਤੇ ਕਿਸੇ ਵੀ ਹਾਲਤ ਵਿੱਚ ਅੱਤਵਾਦੀਆਂ ਹੱਥੋਂ ਹੋਈ ਆਪਣੀ ਇਸ ਹਾਰ ਦਾ ਬਦਲਾ ਲੈਣ ਲਈ ਤਿਲਮਿਲਾਈ ਫਿਰ ਰਹੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸੇ ਦੌਰਾਨ ਹੀ ਸਮਾਣਾ ਪੁਲਿਸ ਪਾਰਟੀ ਨੇ ਪੰਜਾਬ ਹਰਿਆਣਾ ਬਾਰਡਰ ਦੇ ਨਾਲ ਤਰਮੇੜੀ ਵਿੱਚ ਲਾਏ ਨਾਕੇ ਦੌਰਾਨ ਇੱਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਕਾਰ ਚਾਲਕ ਨੂੰ ਬਿਨਾਂ ਕਿਸੇ ਚੇਤਾਵਨੀ ਦਿੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਗੋਲੀ ਨਾਲ ਕਾਰ ਵਿੱਚ ਸਵਾਰ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ, ਬਾਅਦ ਵਿੱਚ ਜਿਸ ਦੀ ਪਹਿਚਾਣ ਨੇਹਾ ਦੇ ਰੂਪ ਵਿੱਚ ਹੋਈ, ਜੋ ਕਿ ਪੇਸ਼ੇ ਵਜੋਂ ਇੱਕ ਮਿਊਜ਼ੀਕਲ ਗਰੁੱਪ ਵਿੱਚ ਕੰਮ ਕਰਦੀ ਸੀ ਅਤੇ ਕਾਰ ਨੰਬਰ HR60B2657 ਵਿੱਚ ਸਵਾਰ ਹੋ ਕੇ ਆਪਣੇ ਦੋਸਤਾਂ ਸ਼ੈਫਾਲੀ, ਸਿੰਮੀ, ਸੋਨੀਆ ਅਤੇ ਅਮਨ ਦੇ ਨਾਲ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਕੈਥਲ ਜਾ ਰਹੀ ਸੀ। ਸੂਤਰ ਦੱਸਦੇ ਹਨ ਕਿ ਕਾਰ ਨੂੰ ਅਮਨ ਮਿਊਜ਼ੀਕਲ ਗਰੁੱਪ ਦਾ ਮੁਖੀ ਅਮਨ ਖੁਦ ਚਲਾ ਰਿਹਾ ਸੀ। ਨੇਹਾ ਉਸ ਦੇ ਨਾਲ ਅੱਗੇ ਵਾਲੀ ਸੀਟ ਤੇ ਬੈਠੀ ਹੋਈ ਸੀ। ਕਾਰ ਸਵਾਰਾਂ ਦਾ ਕਹਿਣਾ ਹੈ ਕਿ ਇਸ ਕਾਰ ਨੂੰ ਰੋਕਣ ਵਾਲੇ ਸਾਦੀ ਵਰਦੀ ਵਿੱਚ ਸਨ, ਜਿਸ ਕਾਰਨ ਉਹ ਕਾਰ ਰੋਕਣ ਦੀ ਬਜਾਏ ਦੌੜ ਗਏ। ਇਸ ਗੋਲਾਬਾਰੀ ਵਿੱਚ ਇਸ ਗਰੁੱਪ ਦਾ ਮੁਖੀ ਅਮਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇੰਨੀ ਹੈਵੀ ਫਾਇਰਿੰਗ ਕੀਤੀ ਕਿ ਇੱਕ ਰਾਹਗੀਰ ਮੋਟਰਸਾਈਕਲ ਸਵਾਰ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਮ੍ਰਿਤਕ ਲੜਕੀ ਨੂੰ ਪੋਸਟਮਾਰਟਮ ਅਤੇ ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਹੀ ਰਜਿੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਨਾਕਾ ਲੱਗਿਆ ਸੀ, ਉੱਥੇ ਦੱਸਦੇ ਵੀ ਕਾਰ ਹੋਇਆ ਅਤੇ ਜਿਹਦੇ ਨਾਲ ਇੱਕ ਲੜਕੀ ਦੇ ਉੱਤੇ ਕੋਈ ਸ਼ੇਰੇ ਨਾਂ ਦੇ ਮੁਲਾਜ਼ਮ ਦੇ ਗੱਲ ਕਰ ਰਹੇ ਆ। ਅਜੇ ਜਿਹੜੀਆਂ ਇਹਨਾਂ 'ਚੋਂ ਇਹਨਾਂ ਨੇ ਜਿਹੜਾ ਹੁਣ ਦੱਸਿਆ ਮੌਕੇ 'ਤੇ ਦੱਸਿਆ ਉਹ ਇਹ ਦੱਸਦੇ ਆ ਵੀ ਸਿਵਲ ਕੱਪੜਿਆਂ ਸੀ। ਅਸਲ 'ਚ ਕੀ ਸੀ, ਜਦੋਂ ਦੀ ਉਹ ਭੱਜੇ ਆ ਟੈਰਰਿਸਟ ਭੱਜੇ ਸੀ ਜਾਂ ਗੈਂਗਸਟਰ ਭੱਜੇ ਸੀ, ਉਹ ਜਿਸ ਹਾਲਤ 'ਚ ਜਿਵੇਂ ਪੁਲਿਸ ਬੈਠੀ ਸੀ ਉਵੇਂ ਭੱਜ ਗਈ। ਉਸੇ ਤਰ੍ਹਾਂ ਹੋ ਸਕਦਾ ਸਿਵਲ 'ਚ ਵੀ ਹੋਈ ਹੋ ਸਕਦਾ।